ਉਹਨਾਂ ਦੀਆਂ ਗੱਲਾਂ ਸੁਣ ਕੇ ਬੱਚਿਆਂ ਦੀਆਂ ਔਰਤਾਂ ਦੀਆਂ ਭਾਈ ਮਰਦਾਨ ਨੇ ਕਿਹਾ ਬਾਬਾ ਕੌਣ ਦੇਸ ਆਏ ਗਿਆ ਹੈ ਅਸਾਂ ਦੀ ਬੋਲੀ ਨਾ ਇਹਨਾਂ ਨੂੰ ਸਮਝ ਇਹਨਾਂ ਦੀ ਬੋਲੀ ਨਾ ਅਸਾਂ ਨੂੰ ਸਮਝ ਕੀ ਕਰਾਂਗੇ ਇੱਥੇ ਕੌਣ ਦੇਸ ਆਏ ਬਾਬੇ ਕਹਿਆ ਸੌਰਾਸ਼ਟਰ ਆ ਗਿਆ ਹੈ ਭਾਈ ਜੀ ਸੋਰਠ ਰਾਗ ਇਸੇ ਦੇਸ਼ ਦਾ ਰਾਗ ਹੋਇਆ ਸੋਰਠ ਗਾਓ ਤੁਸਾਂ ਦੀ ਬੋਲੀ ਭਲੀ ਸਮਝ ਆਏ ਜੀਓ ਹਜ਼ਾਰ ਪੰਨਿਆਂ ਦੀ ਕਿਤਾਬ ਇਹ ਇੰਪ੍ਰੈਸ਼ਨ ਨਹੀਂ ਮੇਰੇ ਸਾਹਮਣੇ ਰੱਖ ਸਕਦੀ ਦੋ ਸੈਂਟੈਂਸਾਂ ਦੇ ਵਿੱਚੋਂ ਰੱਖ ਦਿੱਤਾ ਜਦ ਬਾਬਾ ਬੰਦਗੀ ਕਰਨ ਲੱਗਦਾ ਪੰਜ ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖ਼ਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਇਹਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ ਔਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖੈਂਦਾ ਹੈ ਕੋਈ ਸੰਸਾਰ ਸ਼ਖਸ ਇਹੋ ਜਿਹਾ ਕਰਮ ਵਾਲਾ ਜਿਹੋ ਜਿਹੀ ਭਾਈ ਮਰਦਾਨਾ ਜਾ ਰਹੇ ਨੇ ਦੇਖਿਆ ਕਿ ਤੰਬੂ ਕਨਾਤਾਂ ਤਣੀਆਂ ਹੋਈਆਂ ਨੇ ਖਾਣਿਆਂ ਦੀਆਂ ਮਹਿਕਾਂ ਆ ਰਹੀਆਂ ਨੇ ਕੋਈ ਜੱਗ ਕਰ ਰਿਹਾ ਰਸਤਿਆਂ 'ਤੇ ਬੰਦੇ ਖਿਲਾਰੇ ਹੋਏ ਨੇ ਕਿ ਮੁਸਾਫਰਾਂ ਨੂੰ ਕਹੋ ਖਾਣਾ ਖਾ ਕੇ ਜਾਣ ਔਰ ਜੇ ਕੋਈ ਫਕੀਰ ਦਿਸੇ ਮਿੰਨਤਾਂ ਕਰਨੀਆਂ ਨੇ ਚਾਹੇ ਇੱਕ ਗਰਾਹੀ ਖਾਓ ਜੀ ਸਾਡਾ ਭੋਜਨ ਪਵਿੱਤਰ ਕਰੋ ਆ ਗਏ ਬਾਬਾ ਜੀ ਲੰਗਰ ਪ੍ਰਸ਼ਾਦਾ ਛੱਕ ਕੇ ਜਾਓ ਬਾਬੇ ਕਹਿਆ ਅੱਠ ਪਹਿਰ ਵਿੱਚ ਇੱਕ ਵਾਰ ਭੋਜਨ ਕਰਦੇ ਹਾਂ ਭਾਈ ਜੀ ਸੋ ਕਰ ਲਿਆ ਮਰਦਾਨੇ ਕਹਿਆ ਜੇ ਆ ਗਿਆ ਹੋਏ ਬਾਬਾ ਮੈਂ ਭੋਜਨ ਕਰਾਂਗਾ ਬਾਬੇ ਕਹਿਆ ਭਾਈ ਜੀ ਤੁਸਾਂ ਕੋ ਹਕੀਕਤ ਪਤਾ ਹੈ ਕਿਸੇ ਸਿਰ ਭੋਜਨ ਦੀ ਮਰਦਾਨੇ ਕਹਿਆ ਜੀ ਹਕੀਕਤ ਕਿਤੇ ਦੌੜੀ ਤਾਂ ਜਾਂਦੀ ਨਹੀਂ ਤੁਸਾਂ ਪਾਸ ਰਹੀ ਸੀ ਤੁਸਾਂ ਪਾਸ ਹੀ ਰਹੇਗੀ ਪਹਿਲਾਂ ਭੋਜਨ ਕਰਦੇ ਹਾਂ ਫਿਰ ਹਕੀਕਤ ਵੀ ਦੇਖ ਲਾਂਗੇ ਹੁਣ ਇਹ ਜਿਹੜਾ ਵਾਕ ਹੈ ਨਾ ਇਹ ਇੱਕ ਦੋਸਤ ਦਾ ਦੋਸਤ ਨਾਲ ਕੀਤਾ ਹੋਇਆ ਸੰਵਾਦ ਹੈ ਇੱਥੇ ਗੁਰੂ ਅਤੇ ਸਿੱਖ ਦਾ ਰਿਲੇਸ਼ਨਸ਼ਿਪ ਨਹੀਂ ਰਿਹਾ ਹੁਣ ਦੋਸਤੀ ਦਾ ਰਿਲੇਸ਼ਨਸ਼ਿਪ ਕਰੇ ਜੀ ਹਕੀਕਤ ਕਿਤੇ ਦੌੜੀ ਤਾਂ ਜਾਂਦੀ ਨਹੀਂ ਤੁਸਾਂ ਪਾਸ ਰਹੀ ਤੁਸਾਂ ਪਾਸ ਹੀ ਰਹੇਗੀ ਪਹਿਲਾਂ ਭੋਜਨ ਕਰਦੇ ਹਾਂ ਪਿੱਛੋਂ ਹਕੀਕਤ ਵੀ ਦੇਖ ਲਾਂਗੇ ਜਾ ਰਹੇ ਨੇ ਜੀ ਕਿਸੇ ਸ਼ਰਧਾਲੂ ਨੇ ਅੱਖ ਬਚਾ ਕੇ ਬਾਬਾ ਜੀ ਤੋਂ ਭਾਈ ਮਰਦਾਨਾ ਜੀ ਦੇ ਬੋਝੇ 'ਚ ਇੱਕ ਅਸ਼ਰਫੀ ਪਾ ਦਿੱਤੀ ਮੋਹਰ ਪਤਾ ਨਹੀਂ ਲੱਗਿਆ ਨਹੀਂ ਪਤਾ ਬਾਬਾ ਜੀ ਤੁਰੇ ਜਾ ਰਹੇ ਨੇ ਸ਼ਾਮ ਪੈ ਗਈ ਜੰਗਲ ਦਾ ਕਿਨਾਰਾ ਆ ਗਿਆ ਸੌਣ ਦੀਆਂ ਤਿਆਰੀਆਂ ਮਰਦਾਨੇ ਕਹਿਆ ਬਾਬਾ ਡਰ ਲੱਗਦਾ ਹੈ ਬਾਬੇ ਕਹਿਆ ਭਾਈ ਜਿਸ ਵਸਤੂ ਕਾਰਨ ਡਰ ਲੱਗਦਾ ਹੋਵੇ ਸੋ ਸੁੱਟ ਦੇਈ ਦੀ ਹੈ ਕਿਉਂ ਜੀ ਚੋਰੀ ਫੜ ਲੈਂਦੇ ਨੇ ਜੀ ਕੋਈ ਐ ਨਹੀਂ ਪੁੱਛਿਆ ਕਿਉਂ ਡਰ ਲੱਗਦਾ ਹਾਂ ਜਦੋਂ ਤੁਹਾਡੇ ਮਨ 'ਚ ਕਿਸੇ ਚੀਜ਼ ਦਾ ਲੋਭ ਆਏਗਾ ਨਾ ਚੰਗੇ ਭਲੇ ਹੱਥ ਕੰਬਣ ਲੱਗ ਜਾਣਗੇ ਹਰੇਕ ਨਾਲ ਵਾਪਰਦਾ ਇਹ ਖੈਰ ਤੁਰੇ ਜਾ ਰਹੇ ਨੇ ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਕੁਰਮ ਦਰਿਆ ਅਫਗਾਨਿਸਤਾਨ ਅੱਜ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਹੱਦ ਹੈ ਜਿੱਥੇ ਨਾ ਉੱਥੋਂ ਦੀ ਵਗਦਾ ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਮਰਦਾਨੇ ਕਹਿਆ ਬਾਬਾ ਥਕਾਨ ਹੋਏ ਗਈ ਹੈ ਕੁਝ ਆਰਾਮ ਕਰੀ ਬਾਬੇ ਕਹਿਆ ਚਲੋ ਉਸ ਦਰਖਤ ਹੇਠਾਂ ਆਰਾਮ ਕਰ ਲਿਆ ਬੈਠ ਗਏ ਮਹਾਰਾਜ ਬੈਠੇ ਰਹੇ ਭਾਈ ਮਰਦਾਨਾ ਜੀ ਲੇਟ ਨੇੜੇ ਆ ਕੇ ਬਾਬਾ ਜੀ ਨੇ ਮੱਥੇ 'ਤੇ ਹੱਥ ਰੱਖਿਆ ਤੇਜ਼ ਬੁਖਾਰ ਹੋਰ ਨਜ਼ਦੀਕ ਸਰ ਕੇ ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ 'ਚ ਰੱਖ ਹੱਥ ਮੱਥੇ ਬਾਬੇ ਕਹਿਆ ਭਾਈ ਜੀ ਤੁਸੀਂ ਅਸਾਂ ਪਾਸੋਂ ਹੁਣ ਵਿਛੜਨ ਲੱਗੇ ਮਨ ਵਿੱਚ ਕਿਸੇ ਚੀਜ਼ ਦੀ ਇੱਛਾ ਹੀ ਹੋਵੇ ਕਦੇ ਸੋ ਮੰਗੋ ਧਰਤੀ ਦੀ ਵਸਤੂ ਹੋਵੇ ਚਾਹੇ ਧਰਤੀ ਤੋਂ ਪਾਰ ਦੀ ਦਿਆਂਗੇ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤਨੀ ਆ ਮੈਂ ਤੇਰਾ ਕੀਰਤਨੀ ਆ ਬਾਬਾ ਤੈਂ ਖੁਦਾਏ ਦੇਖਿਆ ਤੈਂ ਖੁਦਾਏ ਪਾਇਆ ਔਰ ਤੇਰਾ ਕਹਿਆ ਖੁਦਾਈ ਮੰਨਦੀ ਹੈ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਨਦਾ ਹੈ ਤੁਧ ਆ ਗਏ ਅਸਾਂ ਦੀ ਬੇਨਤੀ ਹੈ ਅੱਜ ਇੱਕ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲੋਂ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜੀ ਤੁਧ ਉੱਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਇਹ ਵਸੀਅਤ ਹੈ ਇੱਕ ਫਕੀਰ ਦੀ ਇਹ ਵਸੀਅਤ ਭਾਈ ਬਾਲਾ ਜੀ ਨੇ ਲਿਖੀ ਹੈ ਇਹ ਵਸੀਅਤ ਗੁਰੂ ਨਾਨਕ ਦੇਵ ਜੀ ਦੀ ਸੱਚੀ ਅਦਾਲਤ 'ਚ ਰਜਿਸਟਰ ਹੋਈ ਹੋਈ ਹੈ ਭਾਈ ਮਰਦਾਨਾ ਜੀ ਦਾ ਅੰਤਿਮ ਸੰਸਕਾਰ ਕਰਕੇ ਉਠਾਈ ਰਬਾਬ ਤਲਵੰਡੀ ਪਿੰਡ ਨਾ ਆਪਣੇ ਘਰ ਗਏ ਨਾ ਭਾਈ ਮਰਦਾਨਾ ਜੀ ਦੇ ਘਰ ਗਏ ਪਿੰਡ ਦੇ ਵਿਚਕਾਰ ਖੂਹ ਦੀ ਮਣਤ 'ਤੇ ਬੈਠੇ ਲੋਕ ਆਉਂਦੇ ਗਏ
ਬੈਠਦੇ ਗਏ, ਦਰੀਆਂ ਚਾਦਰਾਂ ਵਿਛਦੀਆਂ ਗਈਆਂ। ਵੱਡੇ ਬੇਟੇ ਦਾ ਨਾਂ, ਭਾਈ ਮਰਦਾਨਾ ਜੀ ਦੇ ਵੱਡੇ ਬੇਟੇ ਦਾ ਨਾਂ ਸੀ ਸ਼ਾਹਜ਼ਾਦ। ਸ਼ਾਹਜ਼ਾਦ ਆਇਆ, ਮੱਥਾ ਟੇਕਿਆ, ਅਸੀਸ ਮਿਲੀ, ਸੰਗਤ 'ਚ ਬੈਠ ਗਏ। ਥੋੜ੍ਹੀ ਦੇਰ ਬਾਅਦ ਨਾਲ ਦੇ ਨੂੰ ਕਹਿਣ ਲੱਗਾ, ਅੱਬੂ ਕਿੱਥੇ ਹੈ ਜੀ? ਕਿਸੇ ਨੂੰ ਪਤਾ ਨਹੀਂ ਸੀ। ਫਿਰ ਨੇੜੇ ਗਿਆ, ਜੀ ਬਾਬਾ ਜੀ ਅੱਬੂ ਕਿਵੇਂ ਹੈ ਜੀ? ਅੱਬੂ ਕਿੱਥੇ ਹੈ ਜੀ? ਬਾਬੇ ਕਹਿਆ, ਤੁਸਾਂ ਦੇ ਅੱਬੂ ਨਿੱਜ ਘਰ ਚਲੇ ਗਏ ਹਨ ਸ਼ਾਹਜ਼ਾਦ ਪੁੱਤਰ, ਆਪਣੇ ਹੱਥੀਂ ਤਿੰਨਾਂ ਨੂੰ ਵਿਦਾ ਕਰਕੇ ਤਲਵੰਡੀ ਪਿੰਡ ਆਇਆ ਹਾਂ। ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਇਸ ਲਈ ਪੁੱਜਾ ਹਾਂ ਤਾਂ ਜੋ ਤਿੰਨਾਂ ਦੇ ਨਾਂ ਦਾ ਸਿਰੋਪਾਉ ਤੁਸਾਂ ਨੂੰ ਦੇ ਸਕਾਂ। ਦਿਲ ਵਿੱਚ ਜਿਸ ਚੀਜ਼ ਦੀ ਇੱਛਾ ਹੈ ਸੋ ਮੰਗੋ, ਦਿਆਂਗੇ। ਸ਼ਾਹਜ਼ਾਦ ਕਹਿਆ, ਬਾਬਾ ਤੁਸੀਂ ਸਾਰੀ ਦੁਨੀਆਂ 'ਚ ਘੁੰਮਦੇ ਰਹੇ, ਦੁਨੀਆਂ 'ਚ ਇਲਮ ਅਤੇ ਤਾਲੀਮ ਵੰਡਦੇ ਰਹੇ, ਦੁਨੀਆਂ ਵਿਦਵਾਨ ਹੋ ਗਈ, ਤਲਵੰਡੀ ਪਿੰਡ ਵਿੱਚ ਤੁਸੀਂ ਕਦੇ ਰਹੇ ਹੀ ਨਹੀਂ। ਅਸੀਂ ਅਨਪੜ੍ਹ ਦੇ ਅਨਪੜ੍ਹ, ਜਾਹਲ ਦੇ ਜਾਹਲ, ਅਸਾਂ ਜਾਹਲਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਪਾਸੋਂ ਮੰਗਣਾ ਕੀ ਹੁੰਦਾ ਹੈ। ਬਾਬੇ ਕਹਿਆ, ਤਾਂ ਵੀ ਸ਼ਾਹਜ਼ਾਦ ਪੁੱਤਰ ਤੁਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ, ਅਸੀਂ ਤੁਸਾਂ ਨੂੰ ਖਾਲੀ ਨਹੀਂ ਰਹਿਣ ਦਿਆਂਗੇ। ਸ਼ਾਹਜ਼ਾਦ ਨੇ ਕਹਿਆ, ਬਾਬਾ ਜੇ ਮਿਹਰਬਾਨ ਹੋਏ ਹੋ ਫਿਰ ਉਹ ਦਿਓ ਨਾ ਜੋ ਅੱਬੂ ਨੂੰ ਦਿੱਤਾ ਸਾਈ। ਕਿਆ ਲੈਂਗੁਏਜ ਹੈ! ਇਹ ਨਹੀਂ ਪੁੱਛਿਆ ਕਿ ਕੀ ਮੰਗਿਆ ਸੀ, ਇਹ ਨਹੀਂ ਪੁੱਛਿਆ ਕਿ ਕੀ ਦਿੱਤਾ ਸੀ। ਇੰਨਾ ਪਤਾ ਹੈ ਕਿ ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਦੇਣੀ ਨਹੀਂ ਹੁੰਦੀ। ਬਾਬਾ ਜੇ ਮਿਹਰਬਾਨ ਹੋਏ ਹੋ ਫਿਰ ਉਹ ਦਿਓ ਨਾ ਜੋ ਅੱਬੂ ਨੂੰ ਦਿੱਤਾ ਸਾਈ। ਰਬਾਬ ਨਾਲ ਲੈ ਕੇ ਆਏ ਸੀ ਨਾ, ਭਾਈ ਸ਼ਾਹਜ਼ਾਦ ਦੇ ਹੱਥਾਂ 'ਚ ਰਬਾਬ ਰੱਖੀ। ਸਾਖੀਕਾਰ ਲਿਖਦਾ, ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਦੇ ਦਰਿਆ ਅੰਦਰ ਤਲਵੰਡੀ ਪਿੰਡ ਦੇ ਵਸਤਨੀਕਾਂ ਨੇ ਦੇਰ ਤੱਕ ਤੀਰ 'ਤੇ ਇਸ਼ਨਾਨ ਕੀਤਾ। ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਵਾਸੀਆਂ ਨੇ ਕੀਰਤਨ ਦੇ ਦਰਿਆ ਵਿੱਚ ਦੇਰ ਤੱਕ ਤੀਰ 'ਤੇ ਇਸ਼ਨਾਨ ਕੀਤਾ। ਸਾਖੀਕਾਰ ਭਾਈ ਸ਼ਾਹਜ਼ਾਦ ਦੇ ਇਸ ਕਰਮ ਤੋਂ, ਇਸ ਐਕਸ਼ਨ ਤੋਂ ਇੰਨਾ ਖੁਸ਼ ਹੈ ਕਿ ਅਸੀਸ ਦਿੰਦੇ ਹਾਂ ਦੋ ਵਾਕ ਲਿਖਦਾ। ਉਹ ਵਾਕ ਗ੍ਰਾਮ ਅਨੁਸਾਰ ਪੂਰੇ ਵੀ ਨਹੀਂ ਹਨ, ਕਿਰਿਆ ਸਹਾਇਕ ਕਿਰਿਆ ਨਹੀਂ ਲੱਗੀ ਹੋਈ। ਜਦੋਂ ਬਹੁਤ ਦੁੱਖ 'ਚ ਹੋਈਏ ਅਤੇ ਬਹੁਤ ਖੁਸ਼ੀ 'ਚ ਹੋਈਏ ਉਦੋਂ ਗ੍ਰਾਮਰ ਦੇ ਨਿਯਮ ਨਹੀਂ ਲੈਂਗੁਏਜ 'ਤੇ ਚੱਲਦੇ। ਦੋ ਵਾਕ ਲਿਖੇ ਨੇ ਸਾਖੀਕਾਰ ਨੇ, ਕਰਮ ਕਾ ਬਲੀ ਭਾਈ ਸ਼ਾਹਜ਼ਾਦ ਫੁੱਲ ਸਟਾਪ, ਸਾਡਾ ਪਿਆਰਾ ਸ਼ਾਹਜ਼ਾਦਾ ਭਾਈ ਸ਼ਾਹਜ਼ਾਦ ਖਾਨ ਫੁੱਲ ਸਟਾਪ। ਜਦੋਂ ਕਰਤਾਰਪੁਰ ਚਲੇ ਗਏ ਨਾ ਬਾਬਾ ਜੀ, ਫਿਰ ਭਾਈ ਸ਼ਾਹਜ਼ਾਦ ਨਾਲ ਗਿਆ ਅਤੇ ਜਿਹੜਾ ਵਾਅਦਾ ਕੀਤਾ ਸੀ, ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ, ਉਹ ਅੱਜ ਤੱਕ ਨਿਭ ਰਿਹਾ ਹੈ। ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉੱਥੇ ਰਾਗ ਹੈ ਅਤੇ ਕੀਰਤਨ ਹੈ। ਬਾਣੀ ਅਤੇ ਰਾਗ, ਬਾਣੀ ਅਤੇ ਕੀਰਤਨ ਕਦੇ ਵੱਖ ਨਹੀਂ ਹੋਣਗੇ। ਇਹ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਅਸੀਂ ਦੁਨੀਆਂ ਦੇ ਇੱਕ ਮਹਾਨ ਚਿੰਤਕ, ਇੱਕ ਵੱਡੇ ਵਿਦਵਾਨ, ਇੱਕ ਗੁਰੂ, ਇੱਕ ਰਾਜਨੀਤਿਕ ਆਗੂ, ਉਹਨਾਂ ਬਾਰੇ ਅਸੀਂ ਇੱਕ ਬਹੁਤ ਹੀ ਮੰਨੇ ਪਰਮੰਨੇ ਪ੍ਰੋਫੈਸਰ ਸਾਹਿਬਾਨ ਦੇ ਨਾਲ ਉਹਨਾਂ ਦੀ ਸ਼ਖਸੀਅਤ ਬਾਰੇ ਗੱਲਾਂ ਅਸੀਂ ਸਾਂਝੀਆਂ ਕੀਤੀਆਂ ਨੇ। ਅਤੇ ਮੈਂ ਸਾਰੇ ਹੀ ਮੈਨੇਜਮੈਂਟ ਮੈਂਬਰਾਂ ਵੱਲੋਂ, ਸਟੂਡੈਂਟਸ ਵੱਲੋਂ ਅਤੇ ਟੀਚਰ ਸਾਹਿਬਾਨ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕਰਦਾ।